ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਅਤੇ ਟੀ ਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਬਰਾਂ 'ਤੇ। ਰਿਪਬਲਿਕਨ ਆਗੂ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹਨਾਂ ਖਿਲਾਫ਼ ਰਾਸ਼ਟਰਪਤੀ ਦੀ ਚੋਣ ਲੜਨ ਵਾਲੀ ਡੈਮੋਕ੍ਰੇਟਿਕ ਆਗੂ ਕਮਲਾ ਹੈਰਿਸ ਤੀਜੇ ਦਰਜੇ ਦੀ ਉਮੀਦਵਾਰ ਹੈ ਅਤੇ ਉਹ ਆਪਣੇ ਬੌਸ ਰਾਸ਼ਟਰਪਤੀ ਜੋ ਬਾਈਡਨ ਤੋਂ ਵੀ ਵੱਧ ਅਯੋਗ ਹੈ। ਅਰਬਪਤੀ ਐਲਨ ਮਸਕ ਨੂੰ ਐਕਸ 'ਤੇ ਦਿੱਤੇ ਇੰਟਰਵਿਊ 'ਚ ਟਰੰਪ ਨੇ ਸਿਆਸਤ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਤਕਨੀਕੀ ਮੁਸ਼ਕਲਾਂ ਕਾਰਨ ਆਡੀਓ ਇੰਟਰਵਿਊ 40 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਇਆ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਕਸ 'ਤੇ ਹਮਲਾ ਹੋਣ ਕਾਰਨ ਇਸ 'ਚ ਗੜਬੜੀ ਹੋਈ। ਇੰਟਰਵਿਊ ਨੂੰ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਸੁਣਿਆ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਉਹ ਕੱਟੜ ਖੱਬੇ ਪੱਖੀ ਕਮਲੀ ਹੈ, ਉਹ ਟਰੰਪ ਨਾਲੋਂ ਵੀ ਵੱਧ ਟਰੰਪ ਬਣਨਾ ਚਾਹੁੰਦੀ ਹੈ। ਉਹਨਾਂ ਦੁਹਰਾਇਆ ਕਿ ਬਾਈਡਨ ਦੀ ਥਾਂ 'ਤੇ ਹੈਰਿਸ ਨੂੰ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਚੁਣੇ ਜਾਣਾ ਡੈਮੋਕ੍ਰੇਟਿਕ ਪਾਰਟੀ ਦਾ ਤਖਤਾ ਪਲਟਵੰਗ ਸੀ। ਮਸਕ ਸਾਬਕਾ ਰਾਸ਼ਟਰਪਤੀ ਨਾਲ ਇਸ ਗੱਲ 'ਤੇ ਸਹਿਮਤ ਦਿਖੇ ਕਿ ਕਮਲਾ ਹੈਰਿਸ ਦਾ ਵਤੀਰਾ ਕੱਟੜ ਖੱਬੇ ਪੱਖੀਆਂ ਵਰਗਾ ਹੈ। ਟਰੰਪ ਨੇ ਕਿਹਾ ਕਿ ਉਸ ਕੋਲ ਕੰਮ ਕਰਨ ਲਈ ਅਜੇ ਵੀ 5 ਹੋਰ ਮਹੀਨੇ ਨੇ, ਪਰ ਉਹ ਸਿਰਫ ਗੱਲਾਂ ਬਣਾਉਣੀਆਂ ਜਾਣਦੀ ਹੈ ਅਤੇ ਕੰਮ ਕੁਝ ਵੀ ਨਹੀਂ ਕਰੇਗੀ। ਟਰੰਪ ਨੇ ਦੋਸ਼ ਲਾਇਆ ਕਿ ਕਮਲਾ ਹੈਰਿਸ ਸਰਹੱਦੀ ਸੁਰੱਖਿਆ ਦੇ ਮੁੱਦੇ 'ਤੇ ਨਾਕਾਮ ਰਹੀ ਹੈ, ਜਿੱਥੋਂ ਹਜ਼ਾਰਾਂ ਲੋਕ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਅੰਦਰ ਦਾਖਲ ਹੋ ਗਏ ਨੇ। ਇੰਟਰਵਿਊ ਦੌਰਾਨ ਮਸਕ ਅਤੇ ਟਰੰਪ ਇਸ ਗੱਲ 'ਤੇ ਸਹਿਮਤ ਸਨ ਕਿ ਅਮਰੀਕਾ 'ਚ ਅਪਰਾਧ ਦੀ ਦਰ 'ਚ ਵਾਧਾ ਹੋਇਆ ਹੈ। ਮਸਕ ਦੇ ਇੱਕ ਸਵਾਲ ਦੇ ਜਵਾਬ 'ਚ ਟਰੰਪ ਨੇ ਬਾਈਡਨ ਦੀ ਵਿਦੇਸ਼ ਨੀਤੀ ਦੀ ਆਲੋਚਨਾ ਕਰਦਿਆਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਦੇ ਸੋਲੇ ਗਾਏ। ਟਰੰਪ ਨੇ ਕਿਹਾ ਕਿ ਜੇ ਉਹ ਅਮਰੀਕਾ ਦੇ ਰਾਸ਼ਟਰਪਤੀ ਹੁੰਦੇ ਤਾਂ ਦੁਨੀਆ 'ਚ ਕਿਤੇ ਵੀ ਜੰਗ ਨਹੀਂ ਹੋਣੀ ਸੀ। ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਗਏ ਪ੍ਰਵਾਸੀਆਂ ਲਈ ਬੁਰੀ ਖਬਰ ਸਾਹਮਣੇ ਆਈ ਹੈ। ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਡੋਨਲਡ ਟਰੰਪ ਦਾ ਵੱਡਾ ਬਿਆਨ ਆਇਆ ਹੈ। ਉਹਨਾਂ ਕਿਹਾ ਹੈ ਕਿ ਸਰਕਾਰ ਆਈ ਤਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਖਦੇੜਾਂਗੇ। ਡੋਨਲਡ ਟਰੰਪ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ਼ ਸਭ ਤੋਂ ਵੱਡੀ ਮੁਹਿੰਮ ਚਲਾਵਾਂਗਾ। ਉਹਨਾਂ ਕਿਹਾ ਕਿ ਕਮਲਾ ਹੈਰਿਸ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਸਭ ਤੋਂ ਵੱਡੀ ਹਮਦਰਦ ਹੈ, ਕਮਲਾ ਜਿੱਤੀ ਤਾਂ ਦੇਸ਼ ਬਰਬਾਦ ਹੋ ਜਾਵੇਗਾ। ਡੋਨਲਡ ਟਰੰਪ ਨੇ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀ ਦੇਸ਼ ਨੂੰ ਬਰਬਾਦ ਕਰ ਦੇਣਗੇ। ਟਰੰਪ ਨੇ ਕਿਹਾ ਕਿ 6 ਕਰੋੜ ਲੋਕ ਗੈਰ ਕਾਨੂੰਨੀ ਤੌਰ 'ਤੇ US 'ਚ ਵੱਸ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਸੰਗੀਨ ਆਰੋਪੀ ਅਮਰੀਕਾ 'ਚ ਆ ਕੇ ਵੱਸ ਜਾਣਗੇ। ਹੁਣ ਤੱਕ 33 ਲੱਖ ਪ੍ਰਵਾਸੀ ਅਮਰੀਕਾ ਦੇ ਨਾਗਰਿਕ ਬਣ ਚੁੱਕੇ ਨੇ ਅਤੇ 9 ਲੱਖ ਗ੍ਰੀਨ ਕਾਰਡ ਧਾਰਕਾਂ ਨੂੰ ਜਲਦ ਹੀ ਨਾਗਰਿਕਤਾ ਮਿਲ ਸਕਦੀ ਹੈ। ਅਜਿਹਾ ਜੋ ਬਾਈਡਨ ਦੇ ਰਾਸ਼ਟਰਪਤੀ ਬਣਨ ਮਗਰੋਂ ਹੋਇਆ ਅਤੇ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਵੋਟਾਂ ਦੌਰਾਨ ਫਾਇਦਾ ਹਾਸਲ ਕਰਨ ਲਈ ਲੱਖਾਂ ਪ੍ਰਵਾਸੀਆਂ ਨੂੰ ਆਉਣ ਵਾਲੇ ਮਹੀਨਿਆਂ 'ਚ ਨਾਗਰਿਕਤਾ ਦਿੱਤੀ ਜਾਵੇਗੀ। ਗ੍ਰੀਨ ਕਾਰਡ ਧਾਰਕਾਂ ਅਤੇ ਨਾਗਰਿਕਾਂ ਦੇ ਹੱਕ ਤਕਰੀਬਨ ਬਰਾਬਰ ਹੁੰਦੇ ਨੇ, ਪਰ ਵੋਟ ਪਾਉਣ ਦਾ ਹੱਕ ਸਿਰਫ ਨਾਗਰਿਕਾਂ ਕੋਲ ਹੀ ਹੁੰਦਾ ਹੈ। ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ ਔਸਤ ਆਧਾਰ 'ਤੇ ਤਕਰੀਬਨ 5 ਮਹੀਨੇ 'ਚ ਨਾਗਰਿਕਤਾ ਨਾਲ ਸੰਬੰਧਿਤ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ, ਜਦਕਿ 2021 'ਚ ਇਹ ਸਮਾਂ 11 ਮਹੀਨੇ ਤੋਂ ਉੱਪਰ ਚੱਲ ਰਿਹਾ ਸੀ। ਜੋ ਬਾਈਡਨ ਨੇ ਸੱਤਾ ਸੰਭਾਲਣ ਮਗਰੋਂ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਘਟਾਉਣ ਲਈ ਕਈ ਵੱਡੇ ਫੈਸਲੇ ਲਏ, ਜਿਨ੍ਹਾਂ ਦਾ ਅਸਰ ਸਾਫ਼ ਦੇਖਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਅਰਜ਼ੀਆਂ ਦੇ ਨਿਪਟਾਰੇ ਲਈ ਵਰਤੀ ਜਾਂਦੀ ਤਕਨੀਕ ਸੁਧਾਰੀ ਗਈ ਅਤੇ ਅਰਜ਼ੀ ਦੇ ਸਫ਼ਿਆਂ ਦੀ ਗਿਣਤੀ 20 ਤੋਂ ਘਟਾ ਕੇ 14 ਕਰ ਦਿੱਤੀ ਗਈ। ਭਾਵੇਂ ਸਿਟੀਜ਼ਨਸ਼ਿਪ ਫੀਸ $640 ਤੋਂ ਵਧਾ ਕੇ $710 ਕਰ ਦਿੱਤੀ ਗਈ, ਪਰ ਘੱਟ ਆਮਦਨ ਵਾਲਿਆਂ ਨੂੰ ਰਿਆਇਤ ਦਾ ਐਲਾਨ ਵੀ ਕੀਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਟਰੰਪ ਦੇ ਕਾਰਜਕਾਲ ਦੌਰਾਨ ਗੈਰ ਜ਼ਰੂਰੀ ਬੰਦਿਸ਼ਾਂ ਲਾਗੂ ਹੋਣ ਕਾਰਨ ਪ੍ਰਵਾਸੀਆਂ ਦੀਆਂ ਸਿਟੀਜ਼ਨਸ਼ਿਪ ਅਰਜ਼ੀਆਂ ਦਾ ਨਿਪਟਾਰਾ ਹੋਣ 'ਚ ਲੰਬਾ ਸਮਾਂ ਲੱਗ ਰਿਹਾ ਸੀ। ਇਹਨਾਂ ਬੰਦਿਸ਼ਾਂ ਕਰਕੇ ਹੀ ਤਕਰੀਬਨ 3 ਲੱਖ ਪ੍ਰਵਾਸੀ 2020 ਦੀਆਂ ਚੋਣਾਂ ਤੋਂ ਪਹਿਲਾਂ ਸਿਟੀਜ਼ਨਸ਼ਿਪ ਹਾਸਲ ਨਾ ਕਰ ਸਕੇ ਅਤੇ ਵੋਟ ਪਾਉਣ ਤੋਂ ਵਾਂਝੇ ਰਹਿ ਗਏ। ਅਮਰੀਕਾ 'ਚ ਵੋਟਰਾਂ ਦੇ ਰੁਝਾਨ ਬਾਰੇ ਅਧਿਐਨ ਕਰਨ ਵਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਲੈਟਿਨ ਅਮਰੀਕਾ, ਏਸ਼ੀਅਨਜ਼ ਅਤੇ ਅਫਰੀਕੀ ਮੂਲ ਦੇ ਜ਼ਿਆਦਾਤਰ ਲੋਕਾਂ ਦਾ ਝੁਕਾਅ
ਡੈਮੋਕ੍ਰੇਟਿਕ ਪਾਰਟੀ ਵੱਲ ਹੁੰਦਾ ਹੈ, ਜਿਸ ਦੇ ਮੱਦੇਨਜ਼ਰ ਆਉਂਦੀਆਂ ਚੋਣਾਂ 'ਚ ਕਮਲਾ ਹੈਰਿਸ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਕੈਲੀਫੋਰਨੀਆ, ਨਿਊਯਾਰਕ, ਟੈਕਸਸ ਅਤੇ ਫਲੋਰੀਡਾ 'ਚ ਵਸਦੇ ਪ੍ਰਵਾਸੀ US ਸਿਟੀਜ਼ਨਸ਼ਿਪ ਹਾਸਲ ਕਰਨ 'ਚ ਸਭ ਤੋਂ ਅੱਗੇ ਰਹੇ, ਜਦਕਿ ਮੁਲਕਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮੈਕਸੀਕੋ, ਭਾਰਤ ਅਤੇ ਫਿਲੀਪੀਨਸ ਦੇ ਨਾਗਰਿਕਾਂ ਦੀ ਸਭ ਤੋਂ ਵੱਧ ਗਿਣਤੀ ਦਰਜ ਕੀਤੀ ਗਈ। ਦੂਜੇ ਪਾਸੇ ਜਾਰਜੀਆ, ਐਰੀਜ਼ੋਨਾ, ਨੇਵਾਡਾ ਅਤੇ ਪੈਨਸਲਵੇਨੀਆ ਵਰਗੇ ਰਾਜਾਂ 'ਚ ਵਸਦੇ ਪ੍ਰਵਾਸੀਆਂ ਨੂੰ ਤਰਜੀਹੀ ਆਧਾਰ 'ਤੇ ਸਿਟੀਜ਼ਨਸ਼ਿਪ ਦਿੱਤੀ ਗਈ, ਜਿੱਥੇ ਅਕਸਰ ਹੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਹਾਵੀ ਰਹਿੰਦੇ ਨੇ। ਪਿਛਲੇ ਦਿਨੀ ਜਾਰਜੀਆ ਦੇ ਸਵਾਨਾ ਇਲਾਕੇ ਦੀ ਇੱਕ ਫੈਡਰਲ ਅਦਾਲਤ 'ਚ 19 ਵੱਖ-ਵੱਖ ਮੁਲਕਾਂ ਨਾਲ ਸੰਬੰਧਿਤ ਪ੍ਰਵਾਸੀਆਂ ਨੇ ਸਿਟੀਜ਼ਨਸ਼ਿਪ ਦੀ ਸਹੁੰ ਚੁੱਕੀ। ਅਮਰੀਕਾ ਦਾ ਨਾਗਰਿਕ ਬਣਨ ਲਈ ਲਾਜ਼ਮੀ ਹੈ ਕਿ ਘੱਟੋ ਘੱਟ 5 ਸਾਲ ਪਹਿਲਾਂ ਗ੍ਰੀਨ ਕਾਰਡ ਮਿਲਿਆ ਹੋਵੇ। US ਸਿਟੀਜ਼ਨ ਨਾਲ ਵਿਆਹ ਕਰਵਾਉਣ ਵਾਲੇ 3 ਸਾਲ ਬਾਅਦ ਹੀ ਨਾਗਰਿਕਤਾ ਵਾਸਤੇ ਅਰਜ਼ੀ ਦਾਇਰ ਕਰ ਸਕਦੇ ਨੇ। ਇੱਕ ਨਵੇਂ ਸਰਵੇਖਣ ਦੌਰਾਨ ਸਾਹਮਣੇ ਆਇਆ ਕਿ ਨਵੇਂ ਬਣੇ ਨਾਗਰਿਕਾਂ 'ਚੋਂ 81.4% ਆਉਂਦੀਆਂ ਚੋਣਾਂ 'ਚ ਵੋਟ ਪਾਉਣ ਦੇ ਇੱਛੁੱਕ ਨੇ ਅਤੇ 14.5% ਨੇ ਕਿਹਾ ਕਿ ਉਹ ਵੋਟ ਪਾਉਣ ਬਾਰੇ ਸੋਚ ਰਹੇ ਨੇ। ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਇਮੀਗ੍ਰੇਸ਼ਨ ਪਾਲਿਸੀ ਸੈਂਟਰ ਵੱਲੋਂ ਕੀਤਾ ਸਰਵੇਖਣ ਦਰਸਾਉਂਦਾ ਹੈ ਕਿ ਵਨ ਸੁਵਰ ਨੇ ਸੱਭਿਆਚਾਰਕ ਪਿਛੋਕੜ ਵਾਲੇ ਨਵੇਂ ਨਾਗਰਿਕਾਂ ਨੂੰ ਮੁਲਕ ਦੀ ਸਿਆਸਤ 'ਚ ਜ਼ਿਆਦਾ ਦਿਲਚਸਪੀ ਹੈ। ਹਾਲ ਹੀ 'ਚ ਨਾਗਰਿਕਤਾ ਹਾਸਲ ਕਰਨ ਵਾਲੇ ਦੰਦਾਂ ਦੇ ਡਾਕਟਰ ਨਿਸ਼ੰਗ ਪਟੇਲ ਨੇ ਕਿਹਾ ਕਿ ਅਮਰੀਕਾ ਦਾ ਹਿੱਸਾ ਬਣਦਿਆਂ ਫਖਰ ਮਹਿਸੂਸ ਹੋ ਰਿਹਾ ਹੈ ਅਤੇ ਇਸ ਵਾਰ ਚੋਣਾਂ 'ਚ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰਨਗੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵਿਸ਼ਵਾਸ ਪ੍ਰਗਟਾਇਆ ਹੈ ਕਿ ਜੋ ਵੀ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤੇਗਾ, ਭਾਰਤ ਉਸ ਨਾਲ ਕੰਮ ਕਰਨ 'ਚ ਪੂਰੀ ਤਰ੍ਹਾਂ ਸਮਰੱਥ ਹੈ। ਅਮਰੀਕਾ 'ਚ ਰਾਸ਼ਟਰਪਤੀ ਚੋਣ ਇਸ ਸਾਲ ਦੇ ਅੰਤ 'ਚ ਹੋਵੇਗੀ। ਇੱਕ ਪ੍ਰੋਗਰਾਮ ਦੌਰਾਨ ਇੱਕ ਸਵਾਲ 'ਤੇ ਜੈਸ਼ੰਕਰ ਨੇ ਅਮਰੀਕੀ ਚੋਣ ਦੇ ਸੰਦਰਭ 'ਚ ਕਿਹਾ, ਅਸੀਂ ਆਮ ਤੌਰ 'ਤੇ ਦੂਜਿਆਂ ਦੀਆਂ ਚੋਣਾਂ 'ਤੇ ਟਿੱਪਣੀ ਨਹੀਂ ਕਰਦੇ ਹਾਂ ਕਿਉਂਕਿ ਅਸੀਂ ਵੀ ਇਹ ਉਮੀਦ ਕਰਦੇ ਹਾਂ ਕਿ ਹੋਰ ਸਾਡੀਆਂ ਚੋਣਾਂ 'ਤੇ ਟਿੱਪਣੀ ਨਾ ਕਰਨ, ਜੈਸ਼ੰਕਰ ਨੇ ਕਿਹਾ। ਪਰ ਅਮਰੀਕੀ ਪ੍ਰਣਾਲੀ ਆਪਣਾ ਫੈਸਲਾ ਸੁਣਾਏਗੀ ਅਤੇ ਮੈਂ ਇਹ ਰਸਮੀ ਤੌਰ 'ਤੇ ਨਹੀਂ ਕਹਿ ਰਿਹਾ। ਅਸਲ 'ਚ ਜੇਕਰ ਤੁਸੀਂ ਪਿਛਲੇ 20 ਸਾਲਾਂ ਨੂੰ ਦੇਖੋ ਤਾਂ ਸ਼ਾਇਦ ਬਹੁਤ ਜ਼ਿਆਦਾ ਤਾਂ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਅਮਰੀਕਾ ਦੇ ਰਾਸ਼ਟਰਪਤੀ ਨਾਲ ਕੰਮ ਕਰਨ 'ਚ ਸਮਰੱਥ ਹੋਵਾਂਗੇ, ਭਾਵੇਂ ਉਹ ਕੋਈ ਵੀ ਹੋਵੇ। ਜੈਸ਼ੰਕਰ ਨੇ ਇਹ ਵੀ ਕਿਹਾ, ਸਾਡੀਆਂ ਚੋਣਾਂ ਅਸਲ 'ਚ ਉਮੀਦਵਾਰਾਂ, ਲੋਕਾਂ ਅਤੇ ਪ੍ਰਣਾਲੀ ਦੀ ਪ੍ਰੀਖਿਆ ਨੇ ਅਤੇ ਅਸੀਂ ਲਗਾਤਾਰ ਇਹਨਾਂ ਪ੍ਰੀਖਿਆਵਾਂ ਨੂੰ ਪਾਸ ਕਰਦੇ ਹਾਂ। ਇਸ ਲਈ ਇਹ ਇੱਕ ਅਜਿਹਾ ਦੇਸ਼ ਹੈ ਜਿੱਥੇ ਤੁਸੀਂ ਹਮੇਸ਼ਾ ਲੋਕਤੰਤਰੀ ਪ੍ਰਕਿਰਿਆ ਦਾ ਸਮਰਥਨ ਕਰਦੇ ਹੋਏ ਲੋਕਾਂ ਨੂੰ ਦੇਖੋਗੇ। ਇਹ ਸਮਾਗਮ ਨਵੀਂ ਦਿੱਲੀ 'ਚ ਇੰਡੀਆ ਸਪੋਰਾ DCG ਇੰਪੈਕਟ ਰਿਪੋਰਟ ਰਿਲੀਜ਼ ਕਰਨ ਦੀ ਆਯੋਜਿਤ ਕੀਤਾ ਗਿਆ ਸੀਗਾ, ਜਦੋਂ ਵਿਦੇਸ਼ ਮੰਤਰੀ ਤੋਂ ਵਿਸ਼ਵ ਦੀ ਮੌਜੂਦਾ ਸਥਿਤੀ ਬਾਰੇ ਉਹਨਾਂ ਦੀ ਰਾਏ ਪੁੱਛੀ ਗਈ ਤਾਂ ਉਹਨਾਂ ਕਿਹਾ, ਅਗਲੇ 5 ਸਾਲਾਂ ਲਈ ਬਹੁਤ ਨਿਰਾਸ਼ਾਜਨਕ ਭਵਿੱਖਬਾਣੀ ਹੋਵੇਗੀ। ਉਹਨਾਂ ਕਿਹਾ, ਜੇਕਰ ਤੁਸੀਂ ਮੈਨੂੰ ਦੁਨੀਆ ਬਾਰੇ ਮੇਰੇ ਨਜ਼ਰੀਏ ਬਾਰੇ ਪੁੱਛੋ ਤਾਂ ਮੈਂ ਇੱਕ ਆਸ਼ਾਵਾਦੀ ਵਿਅਕਤੀ ਹਾਂ ਅਤੇ ਆਮ ਤੌਰ 'ਤੇ ਸਮੱਸਿਆਵਾਂ ਦੇ ਹੱਲ ਬਾਰੇ ਸੋਚਦਾ ਹਾਂ, ਪਰ ਮੈਂ ਬਹੁਤ ਗੰਭੀਰਤਾ ਨਾਲ ਕਹਾਂਗਾ ਕਿ ਅਸੀਂ ਇੱਕ ਬਹੁਤ ਹੀ ਮੁਸ਼ਕਲ ਦੌਰ 'ਚੋਂ ਲੰਘ ਰਹੇ ਹਾਂ। ਮੱਧ ਪੂਰਬ 'ਚ ਚੱਲ ਰਹੇ ਤਣਾਅ ਦਰਮਿਆਨ ਵਾਈਟ ਹਾਊਸ ਦੇ ਕੌਮੀ ਸੁਰੱਖਿਆ ਸਲਾਹਕਾਰ ਜੌਨ ਕਿਰਬੀ ਨੇ ਕਿਹਾ ਹੈ ਕਿ ਇਜ਼ਰਾਈਲ 'ਤੇ ਇਸੇ ਹਫ਼ਤੇ ਹਮਲੇ ਹੋ ਸਕਦੇ ਨੇ ਅਤੇ ਅਮਰੀਕਾ ਉਹਨਾਂ ਨੂੰ ਰੋਕਣ ਦੀਆਂ ਤਿਆਰੀਆਂ ਕਰ ਰਿਹਾ ਹੈ। ਇਹ ਬਿਆਨ ਉਸ ਸਮੇਂ ਆਇਆ ਜਦੋਂ ਰਾਸ਼ਟਰਪਤੀ ਜੋ ਬਾਈਡਨ ਨੇ ਬਰਤਾਨੀਆ, ਫਰਾਂਸ, ਜਰਮਨੀ ਅਤੇ ਇਟਲੀ ਦੇ ਆਗੂਆਂ ਨਾਲ ਮੱਧ ਪੂਰਬ 'ਚ ਤਣਾਅ ਘਟਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। ਦ ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਕਿਰਬੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਜ਼ਰਾਈਲ ਵਾਂਗ ਅਮਰੀਕਾ ਨੂੰ ਵੀ ਖਦਸ਼ਾ ਹੈ ਕਿ ਇਸੇ ਹਫ਼ਤੇ ਹਮਲਾ ਹੋ ਸਕਦਾ ਹੈ। ਕਿਰਬੀ ਨੇ ਕਿਹਾ ਕਿ ਇਜ਼ਰਾਈਲ ਦੀ ਸੁਰੱਖਿਆ ਲਈ ਸਾਰੇ ਆਗੂਆਂ ਨੇ ਵਚਨਬੱਧਤਾ ਦੁਹਰਾਈ ਹੈ। ਬਾਈਡਨ ਸਮੇਤ ਹੋਰ ਆਗੂਆਂ ਨੇ ਸੋਮਵਾਰ ਨੂੰ ਸਾਂਝਾ ਬਿਆਨ ਜਾਰੀ ਕਰਕੇ ਇਰਾਨ ਨੂੰ ਇਜ਼ਰਾਈਲ ਖਿਲਾਫ਼ ਹਮਲਿਆਂ ਤੋਂ ਵਰਜਿਆ ਸੀ। ਉਹਨਾਂ ਕਿਹਾ ਕਿ ਜੇ ਅਜਿਹੇ ਹਮਲੇ ਹੋਏ ਤਾਂ ਖੇਤਰੀ ਸੁਰੱਖਿਆ ਨੂੰ ਖਤਰਾ ਖੜ੍ਹਾ ਹੋ ਜਾਵੇਗਾ। ਸਾਂਝੇ ਬਿਆਨ 'ਚ ਤਣਾਅ ਘਟਾਉਣ ਅਤੇ ਗੋਲੀਬੰਦੀ ਦੇ ਸਮਝੌਤੇ ਦੀਆਂ ਕੋਸ਼ਿਸ਼ਾਂ ਦੀ ਉਹ ਹਮਾਇਤ ਕਰਦੇ ਨੇ।
ਜ਼ਿਕਰਯੋਗ ਹੈ ਕਿ ਹਮਾਸ ਆਗੂ ਇਸਮਾਇਲ ਹਨੀਏ ਦੀ ਪਿਛਲੇ ਹਫ਼ਤੇ ਤਹਿਰਾਨ 'ਚ ਹੱਤਿਆ ਮਗਰੋਂ ਈਰਾਨ ਨੇ ਇਸ ਦਾ ਬਦਲਾ ਲੈਣ ਦਾ ਅਹਿਦ ਲਿਆ ਸੀ। 3 ਯੂਰਪੀ ਮੁਲਕਾਂ ਵੱਲੋਂ ਜਵਾਬੀ ਹਮਲਿਆਂ ਤੋਂ ਗੁਰੇਜ਼ ਕਰਨ ਦੀ ਦਿੱਤੀ ਗਈ ਸਲਾਹ ਨੂੰ ਈਰਾਨ ਨੇ ਨਕਾਰ ਦਿੱਤਾ। ਬਰਤਾਨੀਆ, ਫਰਾਂਸ ਅਤੇ ਜਰਮਨੀ ਦੇ ਆਗੂਆਂ ਨੇ ਇੱਕ ਸਾਂਝੇ ਬਿਆਨ 'ਚ ਈਰਾਨ ਅਤੇ ਉਸਦੇ ਭਾਈਵਾਲਾਂ ਨੂੰ ਕਿਹਾ ਸੀ ਕਿ ਉਹ ਹਮਾਸ ਆਗੂ ਇਸਮਾਇਲ ਹਨੀਯੇਹ ਦੀ ਪਿਛਲੇ ਮਹੀਨੇ ਤਹਿਰਾਨ 'ਚ ਹੱਤਿਆ ਮਗਰੋਂ ਕਿਸੇ ਜਵਾਬੀ ਕਾਰਵਾਈ ਤੋਂ ਗੁਰੇਜ਼ ਕਰਨ, ਕਿਉਂਕਿ ਇਸ ਨਾਲ ਖਿੱਤੇ 'ਚ ਤਣਾਅ ਵਧਣ ਦਾ ਖਦਸ਼ਾ ਹੈ। ਈਰਾਨ ਨੇ ਹਨੀਯੇਹ ਦੀ ਹੱਤਿਆ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ। ਯੂਰਪ ਆਗੂਆਂ ਨੇ ਇਜ਼ਰਾਈਲ ਹਮਾਸ ਜੰਗ ਖਤਮ ਕਰਨ ਲਈ ਕਤਰ, ਮਿਸਰ ਅਤੇ ਅਮਰੀਕਾ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ। ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਫੋਨ 'ਤੇ ਕਿਹਾ ਕਿ ਬਦਲਾ ਲੈਣਾ ਤਹਿਰਾਨ ਦਾ ਹੱਕ ਹੈ ਤਾਂ ਜੋ ਕੋਈ ਹੋਰ ਮੁਲਕ ਹਮਲਾ ਕਰਨ ਦੀ ਗੁਸਤਾਖੀ ਨਾ ਕਰੇ। ਸਰੀ ਦੇ ਬ੍ਰਦਰਸ ਕੀਪਰਸ ਗਿਰੋਹ ਨਾਲ ਸੰਬੰਧਿਤ ਗੈਂਗਸਟਰ ਅਤੇ ਕਤਲ ਦਾ ਸ਼ੱਕੀ ਤਕਰੀਬਨ 3 ਸਾਲ ਵਾਸ਼ਿੰਗਟਨ ਦੀ ਜੇਲ੍ਹ 'ਚ ਰਹਿਣ ਮਗਰੋਂ ਰਿਹਾ ਹੋ ਗਿਆ, ਜਿਸ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਸਪੁਰਦ ਕਰ ਦਿੱਤਾ ਗਿਆ। ਮੰਨਿਆ ਜਾ ਰਿਹਾ ਕਿ 27 ਸਾਲ ਦੇ ਨਸੀਮ ਮੁਹੰਮਦ ਨੂੰ ਕੈਨੇਡਾ ਡਿਪੋਰਟ ਕੀਤਾ ਜਾ ਸਕਦਾ ਹੈ, ਜਿਸ ਹਥਿਆਰਬੰਦ ਲੁੱਟ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਨਸੀਮ ਮੁਹੰਮਦ ਉਰਫ ਮੋਬਟ ਅਹਿਮਦ ਨੇ ਅਪ੍ਰੈਲ 2022 'ਚ ਹਥਿਆਰਬੰਦ ਲੁੱਟ ਦਾ ਗੁਨਾਹ ਕਬੂਲ ਕਰ ਲਿਆ ਅਤੇ ਉਸ ਨੂੰ 41 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ। ਸੋਮਵਾਰ ਨੂੰ ਉਹ ਜੇਲ੍ਹ ਤੋਂ ਰਿਹਾਅ ਹੋ ਗਿਆ ਅਤੇ ਵਾਸ਼ਿੰਗਟਨ ਦੇ ਕੁਰੈਕਸ਼ਨਸ ਡਿਪਾਰਟਮੈਂਟ ਦੇ ਸੰਪਰਕ ਡਾਇਰੈਕਟਰ ਕ੍ਰਿਸ ਰਾਈਟ ਨੇ ਦੱਸਿਆ ਕਿ ਨਸੀਮ ਮੁਹੰਮਦ ਨੂੰ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਹੁਣ ਇਮੀਗ੍ਰੇਸ਼ਨ ਵਾਲੇ ਉਸ ਨੂੰ ਕੈਨੇਡੀਅਨ ਅਧਿਕਾਰੀਆਂ ਨੂੰ ਸੌਂਪ ਦੇਣਗੇ। ਵੈਨਕੂਵਰ ਸਨ ਦੀ ਰਿਪੋਰਟ ਮੁਤਾਬਕ RCMP ਦੇ BC ਮੁੱਖ ਦਫ਼ਤਰ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕੀ ਅਦਾਲਤ 'ਚ ਸੁਣਵਾਈ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਨਸੀਮ ਮੁਹੰਮਦ ਕੈਨੇਡਾ ਦੇ 2 ਰਾਜਾਂ 'ਚ ਹੋਏ ਕਤਲਾਂ 'ਚ ਸ਼ਾਮਲ ਰਿਹਾ, ਪਰ ਇਹਨਾਂ ਕਤਲਾਂ ਦੇ ਦੋਸ਼ ਉਸ ਵਿਰੁੱਧ ਆਇਦ ਨਹੀਂ ਕੀਤੇ ਗਏ। ਓਨਟਾਰੀਓ 'ਚ ਵੀ ਉਸ ਵਿਰੁੱਧ 2019 'ਚ ਕੁੱਟਮਾਰ, ਪਿਸਤੌਲ ਤਾਨਣ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਲੁੱਟ ਦੇ ਦੋਸ਼ ਲੱਗੇ ਸਨ। ਜ਼ਮਾਨਤ 'ਤੇ ਰਿਹਾਅ ਹੋਣ ਮਗਰੋਂ ਫਰਾਰ ਹੋਏ ਨਸੀਮ ਮੁਹੰਮਦ ਨੂੰ ਮੌਂਟੇਨਾ ਦੇ ਬਾਰਡਰ 'ਤੇ 3 ਹੋਰਨਾਂ ਨਾਲ ਜਨਵਰੀ 2021 'ਚ ਕਾਬੂ ਕੀਤਾ ਗਿਆ। ਨਸੀਮ ਮੁਹੰਮਦ ਜਦੋਂ ਜੇਲ੍ਹ 'ਚ ਸੀ ਤਾਂ ਉਸ ਦੇ ਵੱਡੇ ਭਰਾ ਦਾ ਬ੍ਰੈਂਪਟਨ ਵਿਖੇ ਸਤੰਬਰ 2022 'ਚ ਕਤਲ ਕਰ ਦਿੱਤਾ ਗਿਆ। ਨਸੀਮ ਦਾ ਵੱਡਾ ਭਰਾ BC 'ਚ ਜਾਣ ਦਾ ਖਤਰਾ ਮਹਿਸੂਸ ਕਰਦਿਆਂ ਓਨਟਾਰੀਓ ਆਇਆ ਸੀ, ਪਰ ਇੱਥੇ ਵੀ ਉਹ ਬਚ ਨਾ ਸਕਿਆ। ਟਾਈਟੈਨਿਕ ਜਹਾਜ਼ 1912 'ਚ ਡੁੱਬ ਗਿਆ ਸੀ। ਦੁਨੀਆ ਭਰ 'ਚ ਮਸ਼ਹੂਰ ਜਹਾਜ਼ ਟਾਈਟੈਨਿਕ ਦੇ ਗੋਦਾਮ ਅੰਦਰੋਂ ਕੀਮਤੀ ਕਲਾਕ੍ਰਿਤੀਆਂ ਮਿਲੀਆਂ ਨੇ। ਇਹਨਾਂ ਕਲਾਕ੍ਰਿਤੀਆਂ 'ਚ ਇੱਕ ਮਗਰਮੱਛ ਦੇ ਚੰਮ ਦਾ ਬਣਿਆ ਹੋਇਆ ਔਰਤਾਂ ਦਾ ਬੈਗ ਅਤੇ ਇੱਤਰ ਦੀਆਂ ਛੋਟੀਆਂ ਛੋਟੀਆਂ ਸ਼ੀਸ਼ੀਆਂ ਸ਼ਾਮਲ ਨੇ, ਜੋ ਸਦੀਆਂ ਬਾਅਦ ਵੀ ਬਹੁਤ ਸੋਹਣੀ ਮਹਿਕ ਛੱਡ ਰਹੀਆਂ ਨੇ। ਜਿਸ ਗੋਦਾਮ 'ਚ ਇਹ ਚੀਜ਼ਾਂ ਸਾਂਭ ਕੇ ਰੱਖੀਆਂ ਗਈਆਂ ਨੇ ਉਹ ਕਿੱਥੇ ਹੈ, ਇਸ ਨੂੰ ਗੁਪਤ ਰੱਖਿਆ ਗਿਆ ਤਾਂ ਜੋ ਇਹਨਾਂ ਚੀਜ਼ਾਂ ਨੂੰ ਚੋਰਾਂ ਤੋਂ ਬਚਾਇਆ ਜਾ ਸਕੇ। ਪਰ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਹ ਅਮਰੀਕਾ ਦੇ ਜਾਰਜੀਆ ਅਟਲਾਂਟਾ ਸ਼ਹਿਰ 'ਚ ਕਿਤੇ ਹੈਗਾ ਹੈ। ਗੋਦਾਮ ਦੇ ਅੰਦਰ ਅਲਮਾਰੀਆਂ 'ਚ ਹਜ਼ਾਰਾਂ ਚੀਜ਼ਾਂ ਰੱਖੀਆਂ ਹੋਈਆਂ ਨੇ, ਇੱਕ ਪੁੱਠੇ ਪੈ ਬਾਥ ਟੱਬ ਅਤੇ ਚਿੱਬਾ ਹੋਇਆ ਪੋਰਥੋਲ ਤੋਂ ਲੈ ਕੇ ਗੁੰਝਲਦਾਰ ਮੀਨਾਕਾਰੀ ਵਾਲੇ ਕੱਚ ਦੇ ਸਮਾਨ ਅਤੇ ਛੋਟੇ ਬਟਨਾਂ ਤੱਕ। BBC ਨੂੰ ਇਸ ਗੋਦਾਮ ਦੇ ਅੰਦਰ ਜਾਣ ਅਤੇ ਇਹਨਾਂ ਖਾਸ ਚੀਜ਼ਾਂ ਪਿੱਛੇ ਦੀਆਂ ਕਹਾਣੀਆਂ ਬਾਰੇ ਜਾਣਨ ਦਾ ਮੌਕਾ ਮਿਲਿਆ। ਤੋਮਾਸੀਨਾ ਰੇ RMS ਟਾਈਟੈਨਿਕ ਇੰਕ ਕੰਪਨੀ ਦੇ ਡਾਇਰੈਕਟਰ ਆਫ ਕਲੈਕਸ਼ਨਸ ਨੇ, ਇਸੇ ਕੰਪਨੀ ਨੇ ਇਹ ਕਲਾਕ੍ਰਿਤੀਆਂ ਲੱਭੀਆਂ ਨੇ। ਤੋਮਾਸੀਨਾ ਕਹਿੰਦੇ ਨੇ ਇਹ ਬਹੁਤ ਸੋਹਣਾ ਬੈਗ ਹੈ। US ਫਰਮ ਕੋਲ ਜਹਾਜ਼ ਦੇ ਮਲਬੇ ਤੋਂ ਚੀਜ਼ਾਂ ਲੱਭਣ ਅਤੇ ਸਾਂਭਣ ਦੇ ਅਧਿਕਾਰ ਨੇ ਅਤੇ ਇਹਨਾਂ ਨੇ 113 ਸਾਲਾਂ ਦੌਰਾਨ ਮਲਬੇ ਵਾਲੀ ਥਾਂ ਤੋਂ 5,500 ਚੀਜ਼ਾਂ ਨੂੰ ਖੋਜਿਆ ਹੈ। ਇਹਨਾਂ ਵਿੱਚੋਂ ਕਈ ਚੀਜ਼ਾਂ ਦੁਨੀਆ ਭਰ 'ਚ ਪ੍ਰਦਰਸ਼ਿਤ ਵੀ ਕੀਤੀਆਂ ਗਈਆਂ ਨੇ।
ਬੈਗ ਮਗਰਮੱਛ ਦੀ ਚਮੜੀ ਤੋਂ ਬਣਿਆ ਹੈ ਜਿਸ ਨੇ ਉੱਤਰੀ ਅਟਲਾਂਟਿਕ ਦੀਆਂ ਡੂੰਘਾਈਆਂ 'ਚ ਦਹਾਕੇ ਹੰਢਾਏ ਨੇ। ਬੈਗ ਵਿਚਲੀਆਂ ਨਾਜ਼ੁਕ ਚੀਜ਼ਾਂ ਨੂੰ ਵੀ ਸੁਰੱਖਿਅਤ ਰੱਖਿਆ ਗਿਆ ਜੋ ਬੈਗ ਦੇ ਮਾਲਕ ਦੀ ਜ਼ਿੰਦਗੀ ਬਾਰੇ ਖੁਲਾਸੇ ਕਰਦੀਆਂ ਨੇ। ਇਸ ਬੈਗ ਦੀ ਮਾਲਕ ਮਾਰੀਅਨ ਮੀਨਵੈਲ ਸੀ। ਉਹ ਜਹਾਜ਼ 'ਚ ਤੀਜੀ ਸ਼੍ਰੇਣੀ ਦੀ ਟਿਕਟ 'ਤੇ ਸਫ਼ਰ ਕਰ ਰਹੀ ਸੀ। ਤੋਮਾਸੀਨਾ ਦੱਸਦੇ ਨੇ ਕਿ ਉਹਨਾਂ ਦੀ ਉਮਰ 63 ਸਾਲ ਦੇ ਕਰੀਬ ਸੀ। ਉਹ ਆਪਣੀ ਕੁਝ ਸਮਾਂ ਪਹਿਲਾਂ ਵਿਧਵਾ ਹੋਈ ਧੀ ਨੂੰ ਮਿਲਣ ਅਮਰੀਕਾ ਜਾ ਰਹੇ ਸਨ। ਬੈਗ ਦੇ ਅੰਦਰ ਕੁਝ ਯਾਦਗਾਰੀ ਚੀਜ਼ਾਂ ਦੇ ਨਾਲ ਇੱਕ ਧੁੰਦਲੀ ਜਿਹੀ ਤਸਵੀਰ ਸੀ ਜੋ ਕਿ ਮੈਰੀਆਨ ਦੀ ਮਾਂ ਦੀ ਮੰਨੀ ਜਾ ਰਹੀ ਹੈ। ਇਸ ਦੇ ਨਾਲ ਹੀ ਬੈਗ 'ਚ ਕੁਝ ਦਸਤਾਵੇਜ਼ ਵੀ ਸਨ ਜਿਹੜੇ ਮੈਰੀਆਨ ਨੂੰ ਅਮਰੀਕਾ 'ਚ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਲੋੜੀਂਦੇ ਹੋਣੇ ਸਨ। ਇਹਨਾਂ ਦਸਤਾਵੇਜ਼ਾਂ 'ਚ ਇੱਕ ਹੱਥ ਲਿਖਤ ਰੈਫਰੈਂਸ ਪੱਤਰ ਵੀ ਸੀ ਜੋ ਉਹਨਾਂ ਦੇ ਲੰਡਨ ਵਾਲੇ ਸਾਬਕਾ ਮਕਾਨ ਮਾਲਕ ਨੇ ਦਿੱਤਾ ਸੀ। ਇਸ ਚਿੱਠੀ ਵਿੱਚ ਲਿਖਿਆ ਸੀ, ਮਿਸ ਮੈਰੀਅਨ ਇੱਕ ਚੰਗੇ ਕਿਰਾਏਦਾਰ ਨੇ ਜੋ ਸਮੇਂ 'ਤੇ ਕਿਰਾਇਆ ਦਿੰਦੇ ਨੇ। ਇਸ ਵਿੱਚ ਉਹਨਾਂ ਦਾ ਮੈਡੀਕਲ ਜਾਂਚ ਕਾਰਡ ਵੀ ਸੀ। ਇਹ ਕਾਰਡ ਹਰ ਤੀਜੇ ਦਰਜੇ ਦੇ ਯਾਤਰੀ ਨੂੰ ਜਹਾਜ਼ 'ਚ ਲਿਆਉਣਾ ਲਾਜ਼ਮੀ ਸੀ ਤਾਂ ਜੋ ਇਹ ਸਾਬਤ ਕਰ ਸਕਣ ਕਿ ਉਹ ਕੋਈ ਵੀ ਬਿਮਾਰੀ ਅਮਰੀਕਾ ਲੈ ਕੇ ਨਹੀਂ ਜਾ ਰਹੇ। ਪਰ ਪਾਣੀ ਨਾਲ ਭਿੱਜੇ ਹੋਏ ਨਿਸ਼ਾਨਾਂ ਵਾਲੇ ਦਸਤਾਵੇਜ਼ ਇੱਕ ਮੰਦਭਾਗੀ ਘਟਨਾ ਦਾ ਖੁਲਾਸਾ ਕਰਦੇ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ ਅਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।